ਧਰਮ ਰਾਹੀਂ ਸੱਚ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਸਮਰਪਿਤ ਸਬਸਕ੍ਰਾਈਬ ਕਰੋ ਸਾਡਾ ਨਵਾਂ ਚੈਨਲ ਦ ਖਾਲਸ ਟੀਵੀ ਧਰਮ। ਇਹ ਵੀ ਇਹ ਮੁੱਦਾ ਤਾਂ ਨਹੀਂ ਖਤਮ ਹੁੰਦਾ ਜਿੰਨਾ ਚਿਰ SGPC ਸਹੀ ਪ੍ਰਬੰਧ ਨਹੀਂ ਕਰਦੀ। ਗੁਰਬਾਣੀ ਮੁੱਲ ਨਹੀਂ ਵੇਚੀ ਜਾ ਸਕਦੀ, ਗੁਰਬਾਣੀ 'ਚ ਕੋਈ ਕਾਪੀਰਾਈਟ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣਾ ਚੈਨਲ ਖੋਲ੍ਹਿਆ ਸੀ, ਆਪਾਂ ਨੂੰ ਪਤਾ ਹੀ ਹੈ, ਉਹ ਫਿਰ ਜਦ ਦੀ ਸਰਕਾਰ ਚਲੀ ਗਈ ਬੰਦ ਹੋ ਗਿਆ। ਜਿਵੇਂ ਕਿ ਉਹਨਾਂ ਨੇ PTC ਨੇ ਇਹ ਮੁੱਦੇ 'ਤੇ ਹੁਣ U-turn ਵੀ ਲੈ ਲਿਆ, ਸਾਰਿਆਂ ਨੂੰ ਅਧਿਕਾਰ ਸੌਂਪਣ ਦੀ ਉਹਨਾਂ ਨੇ ਗੱਲ ਵੀ ਕਰ ਦਿੱਤੀ ਹੈ, ਪਰ ਫਿਰ ਵੀ ਇਹ ਮੁੱਦਾ ਖਤਮ ਕਿਉਂ ਨਹੀਂ ਹੋ ਰਿਹਾ? ਦੇਖੋ, ਜਿੱਥੋਂ ਤੱਕ ਸਵਾਲ ਹੈ, ਇਹ ਮੁੱਦਾ ਤਾਂ ਨਹੀਂ ਖਤਮ ਹੁੰਦਾ ਜਿੰਨਾ ਚਿਰ SGPC ਸਹੀ ਪ੍ਰਬੰਧ ਨਹੀਂ ਕਰਦੀ। ਉਹਨਾਂ ਚਿਰ ਮੁੱਦਾ ਅੱਜ ਖਤਮ ਵੀ ਹੋ ਜਾਏਗਾ, ਕੱਲ੍ਹ ਨੂੰ ਹੋਰ ਖੜਾ ਹੋ ਜਾਏਗਾ, ਪਹਿਲੀ ਗੱਲ ਤਾਂ। ਸੋ ਇਹ ਕੰਮ SGPC ਦਾ, ਇਹ ਕਿਸੇ ਚੈਨਲ ਦਾ, ਪ੍ਰਾਈਵੇਟ ਦਾ, ਹੋਰ ਦਾ, ਉਹਦੇ ਨਾਲ ਕੀ ਕੰਟਰੈਕਟ ਕਰਿਆ ਕੀ ਨਹੀਂ ਕਰਿਆ, SGPC ਜਾਣੇ। SGPC ਦੀ ਇਹ ਡਿਊਟੀ ਹੈ ਕਿ ਗੁਰਬਾਣੀ ਮੁੱਲ ਨਹੀਂ ਵੇਚੀ ਜਾ ਸਕਦੀ, ਗੁਰਬਾਣੀ 'ਚ ਕੋਈ ਕਾਪੀਰਾਈਟ ਨਹੀਂ ਹੈ। ਗੁਰਬਾਣੀ ਉਸ ਜ਼ਮਾਨੇ 'ਚ ਲਿਖਿਆ ਜਦ ਸਾਇੰਸ ਵਾਲਿਆਂ ਦਾ ਵੀ ਕੋਈ ਕਾਪੀਰਾਈਟ ਨਹੀਂ ਸੀ, ਠੀਕ ਹੈ, ਪਰ ਇਹ ਤਾਂ ਤੁਰਕੀ ਬਾਣੀ ਹੈ, ਇਹ ਸਾਰਿਆਂ ਵਾਸਤੇ ਹੈ। ਇਹ ਅੱਜ ਜਿਹੜੀ ਲੋੜ ਹੈ, ਅੱਜ ਇਹ ਹੈ ਵੀ ਗੁਰਬਾਣੀ ਦਾ ਪ੍ਰਚਾਰ ਵਾਸਤੇ SGPC ਲੜਾਈ ਵੀ ਕਰਦੀ ਰਹੀ ਹੈ, ਅਕਾਲੀ ਦਲ ਲੜਾਈ ਕਰਦਾ ਰਿਹਾ। ਅੱਜ ਟੈਕਨੋਲੋਜੀ ਬਹੁਤ ਐਡਵਾਂਸ ਕਰ ਗਈ, SGPC ਆਪ ਪ੍ਰਬੰਧ ਕਰੇ ਸਾਰਾ, ਪਹਿਲੀ ਗੱਲ, ਤਾਂ ਕਿ ਹਰੇਕ ਬੰਦੇ ਨੂੰ ਗੁਰਬਾਣੀ ਮਿਲ ਸਕੇ, ਸੁਣ ਸਕੇ ਉਹਦੇ ਇੰਟਰਲੈਕਚਰ। ਦੂਜੀ ਗੱਲ ਜਿਹੜੀ ਜ਼ਰੂਰੀ ਹੈ, ਜਿਹੜੀ ਅਜੇ ਵੀ ਕੋਈ ਵੀ ਚੈਨਲ ਜਿਹੜਾ ਪੋਰਨੋਗ੍ਰਾਫੀ, ਜਿਹੜਾ ਕੋਈ ਰਹਿਤਾਂ ਕਰਹਿਤਾਂ ਜਿਹੜੀਆਂ ਸਿੱਖ ਧਰਮ ਦੀਆਂ ਨੇ, ਵਰਜਿਤ ਨੇ ਜਿਹੜੀਆਂ, ਗੁਰਬਾਣੀ 'ਚ ਹੀ ਹੈ। ਐਸਾ ਮਤ ਮੂਲ ਨਾ ਪੀਚੇ ਜੇ ਕਾ ਪਾਰ ਵਸਾਏ, ਠੀਕ ਹੈ, ਜਿਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ, ਜੇ ਇਹੋ ਜੇ ਸਾਡੇ ਉੱਥੇ ਗੁਰਬਾਣੀ ਦੇ ਆਦੇਸ਼ ਨੇ ਸਾਨੂੰ, ਠੀਕ ਹੈ ਨਾ, ਫਿਰ ਜੇ ਅਸੀਂ ਉਹਨਾਂ ਆਦੇਸ਼ਾਂ ਦੇ ਉਲਟ, ਗੁਰਬਾਣੀ ਇੱਕ ਪਾਸੇ ਅਸੀਂ ਹੁਕਮਨਾਮਾ ਰਿਲੇ ਕਰੀ ਜਾ ਰਹੇ ਹਾਂ, 15 ਮਿੰਟਾਂ ਬਾਅਦ ਅਸੀਂ ਕੋਈ ਹੋਰ ਸ਼ੁਰੂ ਕਰਤਾ, ਇਹ ਤਾਂ ਫਿਰ ਮਾੜੀ ਗੱਲ ਹੋਏਗੀ ਨਾ। ਸੋ ਗੁਰਬਾਣੀ ਦਾ ਪ੍ਰਚਾਰ ਗੁਰਬਾਣੀ ਦੀ ਤਰ੍ਹਾਂ ਹੀ ਹੋਣਾ ਚਾਹੀਦਾ, ਗੁਰਬਾਣੀ ਦੀ ਰਹਿਤ ਮਰਿਆਦਾ ਨਾਲ ਹੋਣਾ ਚਾਹੀਦਾ, ਗੁਰਬਾਣੀ ਦੇ ਆਦੇਸ਼ ਉਦੇਸ਼ਾਂ ਨਾਲ ਹੋਣਾ ਚਾਹੀਦਾ, ਅਤੇ ਇਹਦਾ ਕੰਮ ਜਿਹੜੀ ਦੀ ਜ਼ਿੰਮੇਵਾਰੀ ਹੈ ਅੱਜ ਤੱਕ। ਬਾਕੀ ਅਸੀਂ 4 ਬੰਦੇ ਖੜ੍ਹੇ ਹੋ ਕੇ ਜੋ ਮਰਜ਼ੀ ਕਹਿ ਦਈਏ, ਪਰ ਇਹਦੇ ਵਿੱਚ ਸਟੈਚੂਰੀ ਬੋਡੀ ਆ ਜਿਹੜੀ, ਜੋ ਕਾਨੂੰਨੀ ਤਰੀਕੇ ਨਾਲ ਜਿਹੜੀ ਜਿਹਦੇ ਕੋਲ ਪਾਵਰ ਹੈ ਉਹ SGPC ਆ। SGPC ਨੂੰ ਆਪਣੀ ਡਿਊਟੀ ਨਿਭਾਉਣੀ ਚਾਹੀਦੀ। PTC ਵੱਲੋਂ ਜਿਵੇਂ ਗੁਰਬਾਣੀ ਦੇ ਹੁਕਮਨਾਮਾ ਦੇ ਇੱਕ ਅਧਿਕਾਰ ਜਿਤਾਇਆ ਜਾ ਰਿਹਾ, ਤੁਹਾਨੂੰ ਲੱਗਦਾ ਨਹੀਂ ਵੀ ਇਹਦੇ ਪਿੱਛੇ ਕਿਸੇ ਨਾ ਕਿਸੇ ਸਿਆਸੀ ਪਾਰਟੀ ਦੇ ਹੱਥ ਹੋ ਸਕਦਾ? ਦੇਖੋ, ਜਿੱਥੋਂ ਤੱਕ ਸਵਾਲ ਹੈ ਵੀ ਅਸੀਂ ਕਿਸੇ ਸਿਆਸੀ ਪਾਰਟੀ ਨੂੰ, ਸਿਆਸੀ ਪਾਰਟੀਆਂ ਬਥੇਰੀਆਂ ਆਈਆਂ, ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣਾ ਚੈਨਲ ਖੋਲ੍ਹਿਆ ਸੀ, ਆਪਾਂ ਨੂੰ ਪਤਾ ਹੀ ਹੈ, ਉਹ ਫਿਰ ਜਦ ਇਹ ਸਰਕਾਰ ਚਲੀ ਗਈ ਬੰਦ ਹੋ ਗਿਆ। ਸਿਆਸੀ ਪਾਰਟੀਆਂ ਆਪਦੀ ਸਿਆਸਤ ਕਰਦੀਆਂ ਰਹਿਣਗੀਆਂ, PTC ਆਪਦੀ ਸਿਆਸਤ ਕਰ ਸਕਦਾ ਹੈ। ਸਾਡਾ ਸਵਾਲ ਕੁਐਸਚਨ, ਮੈਂ ਗੁਰਬਾਣੀ ਦਾ ਉਪਾਸ਼ਕ ਹੋਣ ਕਰਕੇ ਗੁਰਬਾਣੀ ਦਾ ਮੈਂ ਸੇਧ ਲੈਣਾ ਗੁਰਬਾਣੀ ਤੋਂ ਰੋਜ਼, ਅਤੇ ਮੇਰਾ ਇਤਰਾਜ਼ ਜਿਹੜਾ ਹੈ ਉਹ SGPC 'ਤੇ ਹੈ ਕਿ SGPC ਨੂੰ ਚਾਹੀਦਾ ਕਿ ਉਹ ਇਹੀ ਗੱਲ ਨਾ ਹੋਣ ਦੇਵੇ ਜਿਹੜਾ ਵੀ ਕੋਈ ਨਜਾਇਜ਼ ਬੈਨੀਫਿਟ ਲੈਂਦਾ ਹੈ। ਮੰਨ ਲਓ ਮੈਂ ਕਹਿੰਦਾ ਚਲੋ ਇਹ ਤਾਂ, ਇਹ ਕਹਿੰਦੇ ਨੇ ਅਸੀਂ ਕੰਟਰੈਕਟ ਕਰਤਾ, ਨਾ ਕੰਟਰੈਕਟ ਹੋਵੇ ਫਿਰ ਵੀ ਜੇ ਇੱਕ ਨੂੰ ਨਜਾਇਜ਼ ਬੈਨੀਫਿਟ ਮਿਲੇ, ਫਰਜ਼ ਕਰੋ ਤੁਸੀਂ ਇਸ ਤਰ੍ਹਾਂ ਕਰਦੇ ਹੋ, ਇਹ ਕੰਟਰੈਕਟ ਕਿਸੇ ਬਿੱਡ ਦੇ ਆਧਾਰ 'ਤੇ ਤਾਂ ਹੁੰਦਾ ਨਹੀਂ ਗਾ ਸਿੱਧਾ PTC? ਮੈਂ ਕਹਿੰਦਾ ਸਿੱਧੇ ਦੀ ਗੱਲ ਹੀ ਛੱਡੋ, ਤੁਸੀਂ ਜੇ ਇੱਦਾਂ ਵੀ ਕਰ ਦਿੰਦੇ ਹੋ, ਕੋਈ ਪੈਸਾ ਨਹੀਂ ਪੈਣਾ, ਤੁਸੀਂ ਇੱਦਾਂ ਕਰ ਦਿੰਦੇ ਹੋ ਵੀ ਇੱਕ ਚੈਨਲ ਸੁਣਾ ਸਕੇ, ਦੂਜਾ ਸੁਣਾ ਨਾ ਸਕੇ, ਰੋਕੋ ਵੀ ਨਾ, ਤਾਂ ਫਿਰ ਵੀ ਜਾਤੀ ਹੋਏਗੀ। ਜਦ ਸਰਬ ਸਾਂਝੀ ਬਾਲਤਾ ਦੀ ਗੱਲ ਹੈ ਨਾ, ਉਹਨੂੰ ਸਰਬ ਸਾਂਝੀ ਬਾਲਤੇ ਰੱਖਣਾ ਚਾਹੀਦਾ ਧਰਮ ਦੇ ਵਿੱਚ, ਸਿਆਸਤ ਨੂੰ ਇਸ ਤਰੀਕੇ ਨਾਲ, ਹੁਣ ਤਾਂ ਧਰਮ ਅਤੇ ਸਿਆਸਤ ਸਿੱਖਾਂ ਦਾ ਇਕੱਠਾ, ਪਰ ਧਰਮ ਦੇ ਵਿੱਚ ਇਸ ਤਰ੍ਹਾਂ ਦੀ ਸਿਆਸਤ ਨੂੰ ਰਲਗੱਡ ਨਹੀਂ ਕਰਨਾ ਚਾਹੀਦਾ, ਇਹਨੂੰ ਰੋਕਣ ਵਾਸਤੇ ਕੌਣ ਆ? ਆਪਾਂ ਸਮਝੀਏ, ਜਿਹੜੀ ਅਦਾਲਤ ਗਲਤ ਫੈਸਲਾ ਕਰੇ ਨਾ, ਉਹਨੂੰ ਆਪਾਂ ਊਂ ਦੂਜਾ ਕਹੀ ਜਾਏ, ਫਲਾਣਾ ਗਵਾਹ ਆਏ ਸੀ, ਫਲਾਣਾ ਸੀ, ਅਦਾਲਤ ਕੌਣ ਹੈ? ਇਹਦੀ ਅਦਾਲਤ ਹੈ SGPC।
ਇਹ ਮੈਨੂੰ ਕਲੀਅਰ ਹੈ, ਸਪਸ਼ਟ ਹੋ ਰਿਹਾ ਵੀ ਐਸ ਜੀ ਪੀ ਸਾਹਿਬ ਵੱਡਾ ਕਸੂਰ ਹੈ, ਐਸ ਜੀ ਪੀ ਸੀ ਨੇ ਕਿਤੇ ਨਾ ਕਿਤੇ ਖਨਾਮੀ ਕਰੀ। ਐਸ ਜੀ ਪੀ ਸੀ ਐਗਜੈਕਟਿਵ, ਐਸ ਜੀ ਪੀ ਸੀ ਦੀ ਡਿਊਟੀ ਹੈ ਕਿ ਉਹ ਇਸ ਨੂੰ ਠੀਕ ਕਰੇ, ਉਹ ਗੁਰਬਾਣੀ ਸਾਰਿਆਂ 'ਚ ਪਹੁੰਚਾਵੇ ਅਤੇ ਗੁਰਬਾਣੀ ਨੂੰ ਗੁਰਬਾਣੀ ਦੀ ਰਹਿਤ ਮਰਿਆਦਾ, ਗੁਰਬਾਣੀ ਦੇ ਆਦੇਸ਼ ਅਨੁਸਾਰ ਸਿਰਫ ਉਹ ਚੈਨਲ ਗੁਰਬਾਣੀ ਰਿਲੇਅ, ਪਹਿਲਾਂ ਤਾਂ ਆਪ ਕਰੇ ਰਿਲੇਅ ਗੁਰਬਾਣੀ, ਅੱਜ ਕੱਲ੍ਹ ਟੈਕਨੋਲੋਜੀ ਵਰਗੀ। ਉਸ ਤੋਂ ਅੱਗੇ ਜਿਹੜੇ ਅਗਲੇ ਫਰਦਰ ਲੋਕਾਂ ਨੂੰ ਕਹਿਣਾ ਉਹ ਫਰੀ ਦੇਵੇ, ਫਰੀ ਦੇ ਕੇ ਕਹੇ ਵੀ ਪਰ ਆਹ ਸ਼ਰਤਾਂ ਪੂਰੀਆਂ ਕਰਨੀਆਂ ਜ਼ਰੂਰੀ ਨੇ, ਜਿਹੜਾ ਇਹ ਸ਼ਰਤਾਂ ਪੂਰੀਆਂ ਨਹੀਂ ਕਰਦਾ ਉਹ ਨਹੀਂ ਰਿਲੇਅ ਕਰ ਸਕਦਾ। ਤੁਸੀਂ ਆਪਣੀ ਇਹ ਮੰਗ ਐਸ ਜੀ ਪੀ ਸੀ ਦੇ ਅੱਗੇ ਕੋਈ ਰੱਖੀ ਹੈ ਜਾਂ ਉਹਨਾਂ ਦਾ ਕੋਈ ਜਵਾਬ ਆਇਆ? ਮੈਂ ਇੰਡੀਵਿਜੁਅਲੀ ਤਾਂ ਰੱਖਣ ਵਾਲਾ ਕੋਈ ਹੈ ਹੀ ਨਹੀਂ, ਆਈ ਐਮ ਨੋਟ ਟੂ ਇੰਡੀਵਿਜੁਅਲ, ਸਾਰੇ ਇਹਨਾਂ ਨੇ ਰੱਖੀ ਨੇ, ਕਈ ਵਾਰੀ ਰੱਖੀਆਂ ਨੇ। ਪੀ ਟੀ ਸੀ ਕਹਿੰਦਾ ਵੀ ਹੁਣ ਜਿਹੜੇ ਚੈਨਲ ਹੁਕਮਨਾਮਾ ਰਿਲੇਅ ਕਰਦੇ ਉਹਨਾਂ ਦੇ ਅੱਗੇ ਪਿੱਛੇ ਅਸ਼ਲੀਲ ਗਾਉਣ ਵਜਾਉਣ ਵੀ ਚੱਲਦਾ ਰਹਿੰਦਾ, ਅਤੇ ਇਹ ਦੂਜਿਆਂ ਦੇ ਉੱਪਰ ਇਹ ਦੋਸ਼ ਲਾਉਣ ਤੋਂ ਪਹਿਲਾਂ ਉਹ ਆਪਦੇ ਵੱਲ ਝਾਕ ਕੇ ਦੇਖਣ, ਕਿਉਂਕਿ ਪੀ ਟੀ ਸੀ ਚੈਨਲ 'ਤੇ ਵੀ ਗੁਰਬਾਣੀ ਦੇ ਰਿਲੇਅ ਤੋਂ ਪਹਿਲਾਂ ਅਤੇ ਬਾਅਦ ਦੇ ਵਿੱਚ ਗਾਣੇ ਚੱਲਦੇ। ਇੱਕੋ ਹੀ ਗੱਲ ਕਹੂੰ ਸਾਰਿਆਂ ਦੇ ਵਾਸਤੇ ਇੱਕੋ ਹੀ ਆ, ਗੁਰਬਾਣੀ ਦੇ ਵਿੱਚੋਂ ਮੈਨੂੰ ਉਹਦੇ 'ਚ ਆਦੇਸ਼ ਮਿਲਿਆ ਉਹ ਇਹ ਆਪ ਨੜੇ ਗਿਰੀ ਵਾਨ ਮੈਂ ਫਿਰ ਨੀਵਾਂ ਕਰ ਵੇਖ।